ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਰਿੰਦਰਪਾਲ ਸਿੰਘ ਧਾਲਪੁਰਾ, ਅਕਾਲ ਖਾਲਸਾ ਨਿਊਜ਼ ਤੋਂ। ਅੱਜ ਅਸੀਂ ਪਹੁੰਚੇ ਹਾਂ ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਵਿੱਚ। ਪਿੰਡ ਹੈਗਾ ਢਾਂਡਾ ਜੀ, ਜਿੱਥੇ ਅਸੀਂ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਕਰਨੀ, ਇੱਥੋਂ ਦੇ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ। ਸੋ ਕੁਝ ਵੀਰ ਸਾਡੇ ਨਾਲ ਇੱਥੇ ਅੱਜ ਇਕੱਤਰ ਵੀ ਨੇ, ਜਿਨ੍ਹਾਂ ਦੇ ਨਾਲ ਅੱਜ ਸਾਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਆ ਰਹੀਆਂ ਨੇ, ਉਹਨਾਂ ਸਮੱਸਿਆਵਾਂ ਦੇ ਉੱਤੇ ਆਪਾਂ ਜਿਹੜੀ ਚਰਚਾ ਕਰਨੀ ਆ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ, ਠੀਕ ਠਾਕ। ਵੀਰ ਜੀ ਕੀ ਨਾਮ ਆਪਣਾ? ਸਤਨਾਮ ਸਿੰਘ ਗੋਲਡੀ ਨਾਮ ਜੀ। ਸਰ, ਸਤਨਾਮ ਸਿੰਘ ਜੀ ਗੋਲਡੀ। ਹਾਂਜੀ ਹਾਂਜੀ ਸਰ, ਸਰ ਅੱਜ ਕੀ ਹਾਲ ਚਾਲ ਹੈ ਜੀ? ਸਰਜੀਤ ਸਿੰਘ। ਕੀ ਨਾਮ ਹੈ ਜੀ? ਸਰਜੀਤ ਸਿੰਘ। ਸਰਦਾਰ ਸੁਰਜੀਤ ਸਿੰਘ ਜੀ, ਤੁਸੀਂ ਕੀ ਕੰਮ ਕੀ ਕਰਦੇ ਹੋ? ਖੇਤੀਬਾੜੀ। ਖੇਤੀਬਾੜੀ ਦਾ, ਠੀਕ ਹੈ ਜੀ, ਬਹੁਤ ਵਧੀਆ। ਹਾਂਜੀ ਵੀਰ ਜੀ, ਕੀ ਹਾਲ ਹੈ ਜੀ? ਬਸ ਬਹੁਤ ਵਧੀਆ ਜੀ। ਵੀਰ ਜੀ ਕੀ ਨਾਮ? ਕੀ ਆਪਣਾ? ਦਰਸ਼ਨ ਸਿੰਘ ਜੀ। ਦਰਸ਼ਨ ਸਿੰਘ, ਸਰਦਾਰ ਦਰਸ਼ਨ ਸਿੰਘ ਜੀ। ਹਾਂਜੀ ਵੀਰ ਜੀ, ਤੁਸੀਂ ਸੁਣਾਓ ਕੀ ਹਾਲ ਆ? ਠੀਕ ਠਾਕ ਹੈ ਜੀ। ਕੀ ਨਾਮ ਤੁਹਾਡਾ ਜੀ? ਇਹ ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ, ਬਹੁਤ ਵਧੀਆ ਜੀ। ਇਹ ਕੁਛ ਵੀਰ ਨੇ ਜਿਹੜੇ ਇੱਥੇ ਪਿੰਡ ਦੇ ਵਿੱਚ ਖੜੇ ਨੇ, ਢਾਂਡੇ ਪਿੰਡ ਦੇ ਵਿੱਚ। ਆਪਾਂ ਇਹਨਾਂ ਦੇ ਨਾਲ ਸਮੱਸਿਆਵਾਂ ਸੰਬੰਧੀ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸੋ ਸਰਦਾਰ ਸਤਨਾਮ ਸਿੰਘ ਜੀ, ਤੁਸੀਂ ਅੱਜ ਪਿੰਡ ਦੀ ਕਿਹੜੀ ਕੋਈ ਸਮੱਸਿਆ ਜਿਹੜੀ ਆ ਜਿਹਨੂੰ ਤੁਸੀਂ ਸਮਝਦੇ ਹੋ ਕਿ ਬੜੀ ਮੇਜਰ ਸਮੱਸਿਆ ਆ ਪਿੰਡ ਦੀ, ਜਿਸ ਤਰ੍ਹਾਂ ਪਾਣੀ ਦੀ ਸਮੱਸਿਆ ਆ, ਹਵਾ ਦੀ ਸਮੱਸਿਆ, ਪ੍ਰਦੂਸ਼ਣ ਦੀ ਸਮੱਸਿਆ, ਤੁਸੀਂ ਕਿਹਦੇ ਉੱਤੇ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਪਾਣੀ ਜਿਹੜਾ ਪੂਰਾ ਆ ਰਿਹਾ? ਪਹਿਲਾਂ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਪਾਣੀ ਦੀ ਸਮੱਸਿਆ ਤਾਂ ਉਹ ਸਾਡੇ ਹੈ ਹੀ ਹੈ ਜੀ, ਉਹ ਤਾਂ ਇੱਦਾਂ ਰਹਿਣੀ, ਚੱਲਦੀ ਰਹਿਣੀ, ਉਹਦਾ ਤਾਂ ਕੋਈ ਹੱਲ, ਚਲੋ ਜੋ ਕਰਨੇ ਕਰਨੀ, ਸਰਕਾਰਾਂ ਕਰਨੀਆਂ, ਚਲੋ ਜਿੱਦਾਂ ਵੀ ਕਰਨੀਆਂ, ਕਰਨ ਤਾਂ ਵੈਸੇ ਗਲਤੀ ਨਹੀਂ ਹੈ, ਚਲੋ ਕੋਈ ਗੱਲ ਨਹੀਂ ਉਹਦਾ। ਪਾਣੀ ਦੀਆਂ ਸਮੱਸਿਆਵਾਂ ਜਿਹੜੀ ਕਿਹਾ ਕਿ ਪਾਣੀ ਦੀ ਸਮੱਸਿਆ ਜਿਹੜੀ ਸਰਕਾਰਾਂ ਗਲਤ ਕਰ ਰਹੀਆਂ, ਥੋੜ੍ਹਾ ਜਿਹਾ ਉਹ ਚਾਲਣਾ ਪਾਓ, ਕਿਸ ਤਰ੍ਹਾਂ ਗਲਤ ਕਰ ਰਹੀ? ਜੀ ਪੈਸੇ ਖਰਾਬ ਕਰਨੀਆਂ ਨੇ, ਹੋਰ ਕੁਛ ਨਹੀਂ ਕਰਨੀਆਂ। ਉਦਾਂ ਕਹਿੰਦੇ ਪੰਜਾਬ ਸਰ ਇੰਨਾ ਸਾਡੇ ਸਿਰ ਚੜ ਗਿਆ, ਕਰਜ਼ਾ ਚੜ ਗਿਆ, ਉਹ ਅਜੇ ਆ, ਅਤੇ ਆ ਜਿਹੜੀਆਂ ਟੈਂਚੀਆਂ ਬਣਾਈਆਂ ਇਹਨਾਂ ਪਿੰਡਾਂ ਵਿੱਚ, ਉਹਦਾ ਕਿਹਨੂੰ ਕਿਹਨੂੰ ਪਾਣੀ ਆਉਣ ਡਿਆ?
ਬਿਲਕੁਲ ਪਾਣੀ ਤਾਂ ਮਤਲਬ ਤੁਹਾਡੇ ਪਿੰਡਾਂ ਦੇ 'ਚ ਨਹੀਂ ਪਹੁੰਚ ਰਿਹਾ? ਨਹੀਂ, ਆਹ ਲੱਗੀ ਡਿਊਟੀ ਆ, ਉਹ ਧਿਆਨ ਮਰਾ ਲਓ, ਭਾਵੇਂ ਕੈਮਰਾ ਮਰਾ ਲਓ, ਅਤੇ ਪਾਣੀ ਤਾਂ ਘੱਟ ਹੀ ਆਉਂਦਾ, ਕਿਤੇ 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 ਭਾਵੇਂ ਆ ਜਾਏ, ਕਿਤੇ ਸਾਲ 'ਚ ਇੱਕ ਦੋ ਵਾਰ ਆ ਗਿਆ ਦੇ। ਜੀ ਬਿਲ ਬੁਲ ਲੈਣ ਆ ਜਾਂਦੇ ਜ਼ਰੂਰ ਉਹ ਵੈਸੇ, ਬਿਲਕੁਲ ਪਾਣੀ ਦੀ ਸਮੱਸਿਆ ਤੁਹਾਨੂੰ। ਹਾਂਜੀ, ਇਹ ਸਮੱਸਿਆ ਤਾਂ ਇਹ ਕਿਹੜੇ ਹੁਣ ਜਿਹੜੇ ਪੈਪ ਆਉਣ ਲੱਗੇ ਥੱਲੇ ਪੈਪਾਂ ਦੇ ਵਿੱਚ ਆਉਂਦੇ ਵੀ ਨਹਿਰੀ ਪਾਣੀ ਆਉਣਾ ਆ, ਬਿਲਕੁਲ ਕਿਉਂ ਪੈਸੇ ਖਰਾਬ ਕਰਦੀ ਸਰਕਾਰ? ਉਦਾਂ ਰੋਂਦੇ ਵੀ ਸਾਡੇ ਪੰਜਾਬ ਇੰਨਾ ਚੜ ਗਿਆ, ਲੋਨ ਚੜ ਗਿਆ, ਕਰਜ਼ਾ ਚੜ ਗਿਆ, ਪਹਿਲਾਂ ਟੈਂਸ਼ਨ ਦੇਣਾ ਕੀਤਾ ਕਰੋਨਾ ਹਿਸਾਬ ਨਾਲ, ਹੁਣ ਇਹ ਅਤੇ ਇਹ 'ਤੇ ਲੱਗੇ ਲਾਉਣ, ਆ ਦੂਜਾ ਮੈਂ ਕਰੋਨਾ ਹਿਸਾਬ ਨਾਲ ਕਰਨਾ। ਠੀਕ ਹੈ, ਇੱਕ ਜਿਹੜਾ ਦੂਜਾ ਸਰਕਾਰ ਨੂੰ ਇੱਕ ਇਹ ਵੀ ਚਾਹੀਦਾ ਵੀ ਆਹ ਲਾਉਂਦੀ ਆ, ਬੂਟੇ ਲਾਉਂਦੀ ਆ। ਹਾਂਜੀ, ਇਹ ਬੂਟੇ ਰੋਡਾਂ ਲਵਾਈ ਜਾਂਦੇ ਬਹੁਤ ਜ਼ੋਰ ਸ਼ੋਰ ਨਾਲ, ਬਹੁਤ ਵਧੀਆ ਕੰਮ ਕਰਨ ਡੇ ਆ, ਪਰ ਇਹਨਾਂ ਕਦੀ ਇਹ ਵੇਖਿਆ ਪਿਛਲੇ ਸਾਲ ਦੇ ਲੱਗੇ ਬੂਟੇ ਸਾਡੇ ਕਿੱਥੇ ਨੇ ਉਹ? ਨਹੀਂ, ਜਿਸ ਤਰ੍ਹਾਂ ਪਹਿਲੇ ਵੀ ਪਿੱਛੇ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀਗੀ, ਉਦੋਂ 550 ਸਾਲਾਂ ਦੇ ਉੱਤੇ 550 ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਉੱਤੇ ਪੌਦੇ ਲਾਏ ਗਏ, ਕੀ ਉਹ ਪੌਦੇ ਚੱਲੇ ਨਹੀਂ? ਵੇਖ ਲਓ ਜੀ, ਕੋਈ ਵੀ ਪੌਦਾ ਹੈਗਾ ਰੋਡ ਦੇ ਉੱਤੇ ਤੇ ਕੋਈ ਪੌਦਾ ਨਹੀਂ, ਉਹ ਚੋਂ ਇੱਕ ਦਹ ਭਾਵੇਂ ਚੱਲ ਗਏ, ਹੁਣ ਚੱਲ ਗਏ, ਹੁਣ ਕੋਈ ਗਰੰਟੀ ਨਹੀਂ। ਜਿਹੜੇ ਗਾਰਡ ਲਵਾਉਂਦੇ ਬੂਟੇ, ਕੰਮ ਨਹੀਂ ਮਾੜਾ ਕਰਦੇ, ਵਧੀਆ ਕਰਦੇ ਆ ਜੀ, ਇਹ ਆਪਣੇ ਉੱਥੋਂ ਪੈਸੇ ਆਉਂਦੇ ਆ, ਗਾਂ ਇਹਨਾਂ ਦੇਈ ਜਾਣੇ, ਲਾਈ ਜਾਂਦੇ, ਬੂਟੇ ਲਾਉਂਦੇ ਬਹੁਤ ਨੇ, ਪਰ ਪਹਿਲੇ ਸਾਲ ਦਾ ਬੂਟਾ ਨਹੀਂ ਉੱਥੇ ਵੇਂਦੇ ਵੀ ਕਿੱਥੇ ਆ। ਅੱਛਾ, ਹੁਣ 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 ਬੂਟੇ ਲੱਗ ਰਹੇ? ਫਿਰ ਲੱਗ ਰਹੇ ਬੂਟੇ, ਆ ਕੇ ਰੋਡ 'ਤੇ ਜਾ, ਡੇਰਾ ਬਾਬਾ ਨਾਨਕ ਰੋਡ ਸਾਡੇ ਲੱਗ ਪੈਂਦੀ ਆ, ਇੱਥੇ ਹਰ ਸਾਲ ਬੂਟੇ ਲੱਗਦੇ ਆ, ਪਰ ਇਹਦੇ ਤਾਂ ਮੇਨ ਬੂਟੇ ਉਹ ਜਿਹੜੇ ਪਹਿਲਾਂ ਦੇ ਲੱਗੇ ਕਿਤੇ, ਜਿਹੜੇ ਪਹਿਲਾਂ ਬਹੁਤ ਪੁਰਾਣੇ ਬੂਟੇ ਵੱਡੇ ਹੀ ਆ। ਨਵਾਂ ਬੂਟਾ ਦੇ ਜਿਹੜੇ ਉੱਥੇ ਲਾਉਣਾ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਭਾਅ ਜਿਹੜੇ ਪਹਿਲੇ ਸਾਲ ਤੋਂ ਲਾ ਗਏ ਉਹ ਬੂਟੇ ਕਿੱਥੇ ਆ? ਜੀ ਜੀ, ਉਹ ਇਹ ਸਾਡੀ ਆ ਕੇਅਰ ਨਹੀਂ ਹੁੰਦਾ ਜੀ, ਉਹ ਇਹ ਗੁੱਜਰ ਆਉਂਦੇ ਅਤੇ ਉਹ ਇਹ ਚਾਰ ਚੂਰ ਕੇ ਜਾਂਦੇ, ਜਾਂ ਸਾਡੇ ਹੀ ਜੱਟ ਭਰਾ ਗਲਾਉਂਦੇ ਆ, ਜਾਂ ਪੁੱਟ ਦਿੰਦੇ ਲਾਗੋਂ। ਇਹ ਥੋੜ੍ਹੀ ਕੇਅਰ ਕਰਨੀ ਚਾਹੀਦੀ ਆ, ਨਿਹਰਾ ਅਸੀਂ ਬੂਟੇ ਲਾਉਣ 'ਤੇ ਜ਼ੋਰ ਨਾ ਰੱਖੀਏ, ਉਹਨਾਂ ਨੂੰ ਪਾਲਣ 'ਤੇ ਵੀ ਹੋਣਾ ਚਾਹੀਦਾ ਜ਼ੋਰ ਲੱਗਦਾ ਆ। ਬਿਲਕੁਲ ਜੀ, ਜਿਸ ਤਰ੍ਹਾਂ ਸਤਨਾਮ ਸਿੰਘ ਹੋਣਾ ਨੇ ਦੱਸਿਆ ਆ ਕਿ ਬੂਟੇ ਜਿਹੜੇ ਉਹ ਲਾਏ ਜਾ ਰਹੇ ਆ, ਲਾਉਣ ਤੋਂ ਬਾਅਦ ਉਹਨਾਂ ਦੀ ਕੇਅਰ ਨਹੀਂ ਹੁੰਦੀ, ਕੁਛ ਗੁੱਜਰ ਵਗੈਰਾ ਜਿਹੜੇ ਉਹ ਆਉਂਦੇ ਨੇ, ਉਹ ਗੁੱਜਰ ਜਿਹੜੇ ਆ ਉਹ ਇਹਨੂੰ ਖਤਮ ਕਰਦੇ ਨੇ। ਤੁਸੀਂ ਇਹ 'ਤੇ ਕੀ ਕਹਿਣਾ ਚਾਹੁੰਦੇ? ਬੂਟੇ ਦੇ ਬੂਟੇ ਲੱਗਣੇ ਚਾਹੀਦੇ, ਵਧੀਆ ਲੱਗਣੇ ਚਾਹੀਦੇ ਸਾਰਿਆਂ ਦੇ, ਪਰ ਗੁੱਜਰ ਖਤਮ ਕਰ ਦਿੰਦੇ ਆ, ਕੁਝ ਕੇਅਰ ਨਹੀਂ ਕਰਦੇ ਮਸ਼ੀਨਾਂ ਨੇ, ਮਗਰ SMS ਵੀ ਲੱਗਣਾ ਚਾਹੀਦਾ ਆ। ਨਹੀਂ ਨਹੀਂ, ਮਸ਼ੀਨਾਂ ਦੇ SMS ਦਾ ਤੇ ਬੂਟਿਆਂ ਦੇ ਨਾਲ ਕੋਈ ਤਲਕ ਵਾਸਤਾ ਨਹੀਂ ਨਾ ਹੈਗਾ ਕਿ SMS ਜਿਹੜਾ ਬੂਟਿਆਂ ਦੇ ਨਾਲ ਲੱਗਣਾ ਚਾਹੀਦਾ, ਮਸ਼ੀਨਾਂ ਉੱਤੇ ਲੱਗਣਾ ਚਾਹੀਦਾ। ਮੇਰਾ ਕਹਿਣ ਦਾ ਭਾਵ ਇਹ ਸੀਗਾ ਕਿ ਜਿਹੜੀ ਸਰਕਾਰ ਅੱਜ ਬੂਟੇ ਲਵਾ ਰਹੀ ਆ, ਉਹਨਾਂ ਬੂਟਿਆਂ ਦੀ ਦੇਖ ਰੇਖ ਜਿਹੜੀ ਆ ਕਿਸ ਤਰ੍ਹਾਂ ਹੋਣੀ ਚਾਹੀਦੀ? ਵਧੀਆ ਦੇਖ ਰੇਖ ਹੋਣੀ ਚਾਹੀਦੀ ਆ, ਪਾਣੀ ਪੈਣਾ ਚਾਹੀਦਾ, ਕੌਣ ਪਾਣੀ ਪਾਵੇ? ਜਿਨ੍ਹਾਂ ਦੇ ਲਾਗੇ ਫਸਲ ਆ ਉਹ ਪਾਉਣੇ ਪਾਉਣੇ। ਇਹਦੀ ਜ਼ਿੰਮੇਵਾਰੀ ਗਾਰਡ ਦੀ ਬਣਦੀ ਹੈ ਜਾਂ ਲੋਕਾਂ ਦੀ? ਲੋਕਾਂ ਦੀ ਬਣਦੀ ਹੈ, ਗਾਰਡ ਦੀ ਇਹਦੇ 'ਚ, ਗਾਰਡ ਨੇ ਤਾਂ ਚਲੋ ਲਾਤੇ ਆ, ਅਤੇ ਲੋਕਾਂ ਦੀ ਬਣਦੀ ਹੈ ਵੀ ਆਪਣਾ ਬੂਟਾ ਪੂਰਾ ਕਾਇਮ ਕਰੇ ਅਤੇ ਪੂਰਾ ਉੱਤੇ ਤੱਕ ਜਾਵੇ। ਤੁਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਹੋ, ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ, ਤੁਸੀਂ ਆਪਣੇ ਲੋਕਾਂ ਦੇ 'ਚ ਕੀ ਇਹ ਗੱਲ ਆਮ ਪਬਲਿਕ ਨੂੰ ਸਮਝਾਉਂਦੇ? ਹਾਂਜੀ, ਆਮ ਦੇ ਸਮਝਾਉਂਦੇ ਹਾਂ ਵੀ ਇਹ ਬੂਟੇ ਵਧੀਆ ਤੋਂ ਵਧੀਆ ਲੱਗਣੇ ਚਾਹੀਦੇ, ਲਾਗੇ ਸਾਰਿਆਂ ਦਾ ਕੋਈ ਰਖਵਾਲੀ ਕਰੋ, ਬੂਟਿਆਂ ਦੀ ਫੇਰ ਹੀ ਬੂਟੇ ਕਾਮਯਾਬ ਹੋਣਗੇ, ਜੇ ਉੱਥੇ ਰਾਉਂਡ ਪਾ ਕੇ ਸਾੜ ਦੋਗੇ ਤਾਂ ਉਹਦਾ ਫਾਇਦਾ ਕੀ ਹੈ? ਨਹੀਂ, ਫਿਰ ਇਹ ਜਿਹੜੀ ਗੱਲ ਤੁਸੀਂ ਹੁਣੇ ਇਹਨਾਂ ਨੌਜਵਾਨ ਵੀਰ ਕੋਲੋਂ ਸੁਣੀ ਆ ਜਾਂ ਆਪਾਂ ਸਮਝੀ ਆ ਕਿ ਭਾਈ ਲੋਕ ਜਿਹੜੇ ਆ ਬੂਟਿਆਂ ਦਾ ਧਿਆਨ ਨਹੀਂ ਰੱਖਦੇ, ਸੋ ਸਾਜੀ ਵੀਰ ਜੀ ਕੀ ਕਹਿਣਾ ਚਾਹੋਗੇ, ਕੀ ਕਰਨਾ ਚਾਹੀਦਾ? ਵੇਖੋ ਜੀ, ਬੂਟੇ ਦੇ ਹਰ ਸਾਲ ਬੜੇ ਲੱਗਦੇ ਆ ਜੀ, ਠੀਕ ਹੈ ਜੀ, ਪਰ ਗੱਲ ਇਹ ਹੈ ਕਿ ਜਿਹੜੇ ਬੂਟੇ ਲੱਗ ਜਾਂਦੇ ਉਹਨਾਂ ਨੂੰ ਅਗਲੇ ਸਾਲ ਤੱਕ ਤਾਂ ਵੇਖਿਆ ਨਹੀਂ ਜਾਂਦਾ ਕਿ ਲਾ ਕੇ ਬੂਟੇ ਚੱਲ ਜਾਂਦੇ, ਉਹਦੀ ਗਿਣਤੀ ਪੂਰੀ ਹੋ ਜਾਂਦੀ ਆ ਜੀ, 10,000 ਲਾਤਾ, 5,000 ਲਾਤਾ, ਤਾਂ ਬੂਟੇ ਤਾਂ ਉਹ ਉਸੇ ਟਾਈਮ ਵੀ ਨਾ ਤਾਂ ਉਹਨਾਂ ਨੂੰ ਕੋਈ ਪਾਣੀ ਪਾਇਆ ਜਾਂਦਾ, ਨਾ ਉਹਨਾਂ ਦੀ ਕੋਈ ਦੇਖਭਾਲ। ਅੱਜ ਤੋਂ ਪਹਿਲਾਂ ਗੱਲ ਕੀਤੀ ਸੀਗੀ ਵੀਰਾਂ ਦੇ ਨਾਲ, ਅਤੇ ਇਹਨਾਂ ਨੇ ਗੱਲਬਾਤ ਦੱਸੀ ਸੀਗੀ ਕਿ ਜਿਹੜਾ ਹੱਲ ਹੈਗਾ ਆ ਜੇ ਬੂਟਿਆਂ ਦਾ ਵਾਤਾਵਰਨ ਨੂੰ ਠੀਕ ਰੱਖਣ ਵਾਸਤੇ, ਉਹਦਾ ਹੱਲ ਹੈਗਾ ਕਿ ਅਸੀਂ ਜਿਹੜੇ ਲੋਕ ਹੈ ਉਹ ਆਪਣੇ ਨੌਜਵਾਨਾਂ ਨੂੰ, ਵੀਰਾਂ ਨੂੰ, ਪਹਿਲੀਆਂ ਵਾਲਿਆਂ ਨੂੰ ਜਿਹੜਾ ਜਾਗਰਤ ਕਰੀਏ ਕਿ ਪੌਦਿਆਂ ਨੂੰ ਬਚਾਇਆ ਜਾਣਾ ਚਾਹੀਦਾ, ਜੇ ਪੌਦੇ ਬਚਣਗੇ ਤਾਂ ਸਾਡਾ ਜਿਹੜਾ ਆ ਵਾਤਾਵਰਨ ਜਿਹੜਾ ਉਹ ਸ਼ੁੱਧ ਹੋ ਸਕਦਾ। ਸੋ ਵੀਰਾਂ ਨੇ ਵਿੱਚ ਨਾ ਗੱਲਬਾਤ ਕਰਦਿਆਂ ਕਰਦਿਆਂ ਸਰਦਾਰ ਸਤਨਾਮ ਸਿੰਘ ਜੀ ਹੁਣਾਂ ਨੇ ਇੱਕ ਗੱਲ ਕੀਤੀ ਸੀਗੀ ਕਿ ਭਾਈ ਇਸ ਵੀਰ ਨੇ ਕਿ MSM ਜਿਹੜਾ ਆ ਉਹ ਮਸ਼ੀਨਾਂ ਦੇ ਵਿੱਚ ਲੱਗਿਆ ਹੋਣਾ ਚਾਹੀਦਾ, ਸੋ ਮੈਂ ਸਤਨਾਮ ਸਿੰਘ ਜੀ ਨੂੰ ਪੁੱਛੂੰਗਾ ਵੀਰ ਜੀ ਉਹ ਕੀ ਚੀਜ਼ ਹੈ? SMS ਕੋਈ ਵੱਖਰੀ ਚੀਜ਼ ਨਹੀਂ ਗੀ, ਉਹ ਵੈਸੇ ਕਮੈਨਾਂ ਦੇ ਪਿੱਛੋਂ ਹੀ ਜੇ ਚਾਹੀਏ ਤਾਂ ਉਹਦੇ ਨਾਲ ਆ ਜਾਂਦਾ ਉਹ ਇੱਕ ਇਹ ਕਮੈਨ ਦਾ ਹੁੰਦਾ ਹਿੱਸਾ ਜਿਹਾ ਹੁੰਦਾ ਉਹਨੇ ਆ ਵੀ ਜਿਹੜੀ ਪਰਾਲੀ ਆ
ਉਹ ਰਹਿੰਦ ਖੂੰਹ ਜਿਹੜੀ ਵਿੱਚ ਰਹਿੰਦੀ ਜਿਹੜੀ ਬਾਅਦ ਚ ਸਾਂਭੀ ਜਾਂਦੀ ਹੜ ਕਦੇ ਅੱਗ ਲਾਉਂਦੇ ਕਦੇ ਕੁਛ ਕਰਦੇ ਹਾਂ ਬਾਅਦ ਉਹ ਸਾਡੀ ਬੰਨ ਪ੍ਰੋਬਲਮ ਬਣਦੀ ਇੱਕ ਅੱਛਾ ਉਹ ਤੂੜੀਆਂ ਨੂੰ ਬਰੀਕ ਕਰ ਦਿੰਦੀ ਆ ਠੀਕ ਹੈ ਉਹ ਤੇ ਸਿਰਫ ਇਹ ਆ ਵੀ ਖਰਚ ਥੋੜਾ ਵੱਧ ਜਾਂਦਾ ਕੰਬਾਈਨ ਵਾਲੇ ਉਹ ਤਾਂ ਨਹੀਂ ਉਹਨੂੰ ਕਰਦੇ ਯੂਜ ਕਰਦੇ ਉਹਨਾਂ ਤੇਲ ਵੱਧ ਲੱਗਦਾ ਆ ਬਿਲਕੁਲ ਉਹ ਸਿੱਧੀ ਪਰਾਲੀ ਕੱਢ ਕੇ ਵੱਢ ਕੇ ਤੇ ਗਾਂਹ ਜਾਂਦੇ ਆ ਤੇ ਜੱਟ ਬਾਅਦ ਚ ਮੀਂਹ ਪਏ ਤੇ ਉਦਾਂ ਇੱਕ ਕਣਕ ਲੇਟ ਹੋ ਜਾਂਦੀ ਹੈ ਇੱਕ ਬੋਲਦਾ ਰਹਿੰਦਾ ਜੇ ਅੱਗ ਲੱਗ ਜੇ ਤੇ ਉਧਰੋਂ ਗਵਰਨਮੈਂਟ ਚੜ ਆਉਂਦੀ ਆ ਜੀ 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 ਪੁਲਿਸ ਵਾਲੇ ਆ ਜਾਂਦੇ ਆ ਬਿਲਕੁਲ ਜਿਹੜੀ ਗੱਲ ਤੁਸੀਂ ਸਤਨਾਮ ਸਿੰਘ ਜੀ ਦੱਸੀ ਆ ਕਿ MSM ਜਿਹੜੀ ਆ ਮਸ਼ੀਨਾਂ ਦੇ ਵਿੱਚ ਲੱਗੀ ਹੋਣੀ ਚਾਹੀਦੀ ਆ ਇਹ ਸਰਕਾਰ ਨੂੰ ਤੁਸੀਂ ਇਹ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਜ਼ਿਲ੍ਹੇ ਵਾਸਤੇ ਚਾਹੀਦਾ DC ਸਾਹਿਬ ਕਰਨ ਹੁਕਮ ਜਾਂ ਉੱਪਰ ਬੈਠੇ ਮੁੱਖ ਮੰਤਰੀ ਸਾਹਿਬ ਖੇਤੀਬਾੜੀ ਮੰਤਰੀ ਸਾਹਿਬ ਆਰਡਰ ਕਰ ਦੇਣ ਪੱਕੇ ਵੀ ਹਰ ਇੱਕ ਕੰਬਾਈਨ ਨੂੰ ਇਹ ਚਾਹੀਦਾ ਲੱਗਣਾ ਚਾਹੀਦਾ ਆ ਵੀ ਉਹ ਤੋਂ ਬਗੈਰ ਜਿਹੜੀ ਕੋਈ ਕੰਬਾਈਨ ਵੱਢੂਗੀ ਉਹਨੂੰ ਜਾਂ ਫਾਈਨ ਚਾਹੀਦਾ ਤੇ ਜੇ ਕਿ ਇਹਨੂੰ ਪਰਾਲੀ ਚਾਹੀਦੀ ਜੇ ਕਿਹਨੇ ਮੈਂ ਰੱਖਣੀ ਆ ਤੇ ਉਹਦੇ ਵਾਸਤੇ ਕੰਬਾਈਨਾਂ ਆਉਂਦੀਆਂ ਇਹ ਸਾਰਿਆਂ ਨੂੰ ਇਹ ਤਾਂ ਹੁੰਦਾ ਨਹੀਂ ਵੀ ਇੱਕ ਆਰਡਰ ਗਿਆ ਤਾਂ ਸਾਰਿਆਂ ਨੂੰ ਲਵਾਤਾ ਦੇਖੋ ਇੱਥੇ ਜਿਹੜੀ ਗੱਲ ਹੁਣ ਤੁਸੀਂ ਕੀਤੀ ਆ ਮੈਂ ਇਹਨਾਂ ਵੀਰਾਂ ਬਾਕੀਆਂ ਨਾਲ ਵੀ ਗੱਲ ਕਰਨੀ ਚਾਹੂੰਗਾ ਭਾਅ ਜੀ ਤੁਸੀਂ ਸਰਦਾਰ ਸ਼ਮਸ਼ੇਰ ਸਿੰਘ ਜੀ ਤੁਸੀਂ ਇਹ ਦੱਸੋ ਜਿਹੜੀ ਗੱਲ ਹੁਣੇ ਇਹਨਾਂ ਨੇ ਗੱਲ ਕੀਤੀ ਆ ਕਿ MSM ਜਿਹੜਾ ਆ ਉਹ ਮਸ਼ੀਨਾਂ ਦੇ ਵਿੱਚ ਲੱਗਣਾ ਚਾਹੀਦਾ ਆ ਉਹਦੇ ਬਾਰੇ 'ਚ ਕੀ ਕਹਿਣਾ ਚਾਹੋ ਉਹ ਠੀਕ ਹੈ ਲੋੜ ਹੋਣਾ ਚਾਹੀਦਾ ਇਹ ਸਰਕਾਰ ਨੂੰ ਕਰਨਾ ਚਾਹੀਦਾ ਸਰਕਾਰ ਕਿਸ ਤਰੀਕੇ ਨਾਲ ਇਹ ਫੈਸਲਾ ਸਰਕਾਰ ਜਿੱਦਾਂ ਹੁਣ ਜ਼ਿਲ੍ਹੇ ਵਾਈਜ਼ ਜਾਂ ਆਪਣੇ ਕੋਈ ਰੱਖਣ ਮੀਟਿੰਗਾਂ ਮਾਟਿੰਗਾਂ ਰੱਖਣ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਨ ਕਿ ਜਿਸ ਤਰ੍ਹਾਂ ਇਹ ਕਿਹਾ ਜਾਂਦਾ ਆ ਕਿ ਗੱਡੀਆਂ ਦੀਆਂ ਜਿਹੜੀ ਸਪੀਡ ਆ ਜੇ 120 ਆ 150 ਆ ਸਪੀਡ ਦੇ ਉੱਤੇ ਗੱਡੀਆਂ ਚੱਲਦੀਆਂ ਪਰ ਜੇ ਉਹਦੇ 'ਚ ਸਪੀਡ ਗਵਰਨਰ ਲਾ ਦਿੱਤੇ ਜਾਣ ਤੇ ਇੱਕ ਸਰਕਾਰਾਂ ਜਿਹੜੀਆਂ ਆ ਉਹ ਨਹੀਂ ਲਾ ਰਹੀਆਂ ਪਰ ਇਹ ਲਾਉਣਾ ਚਾਹੀਦਾ ਉਸੇ ਤਰ੍ਹਾਂ ਹੀ ਕੀ ਤੁਸੀਂ ਇਹ ਤੁਹਾਡੀ ਮੰਗ ਆ ਕਿ ਇਹ ਜਿਹੜਾ MSM ਹੈ ਇਹ ਮਸ਼ੀਨਾਂ ਦੇ ਵਿੱਚ ਪਰਮਾਨੈਂਟ ਹੀ ਲੱਗਾ ਹੋਣਾ ਚਾਹੀਦਾ ਇਹ ਬਿਲਕੁਲ ਜੀ ਲੱਗਾ ਹੋਣਾ ਚਾਹੀਦਾ ਕਿਉਂਕਿ ਇਹ ਲੱਗਾ ਹੋਊਗਾ ਤੇ ਪਰਾਲੀ ਜਿਹੜੀ ਉਹ ਪਿੱਛੇ ਕੁਤਰ ਕੁਤਰ ਕੇ ਬਰੀਕ ਕਰਕੇ ਤੂੜੀਆਂ ਨੂੰ ਸੁੱਟ ਦੇ ਇੱਕ ਬੰਦਾ ਤੇ ਜੇ ਕੋਈ ਅੱਗ ਲਾ ਦਿੰਦਾ ਹੈ ਉਹਦੇ ਨਾਲ ਤੇ ਧੂੰਆਂ ਜਿਹੜਾ ਪਰਾਲੀ ਦਾ ਤੁਹਾਨੂੰ ਪਤਾ ਬਹੁਤ ਖਤਰਨਾਕ ਹੁੰਦਾ ਹੈ ਉਹਦੇ ਨਾਲ ਬਹੁਤ ਬਿਮਾਰੀਆਂ ਫੈਲਦੀਆਂ ਨੇ ਜਿਹਦੇ ਕਰਕੇ ਸਾਰਾ ਮਤਲਬ ਸਾਡਾ ਤੇ ਹੋਣਾ ਹੀ ਹੋਣਾ ਹੈ ਹੋਰ ਪਸ਼ੂ ਪੰਛੀਆਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ ਬਿਲਕੁਲ ਇਸ ਕਰਕੇ ਮਸ਼ੀਨਾਂ ਨੂੰ DC ਸਾਹਿਬ ਨੂੰ ਚਾਹੀਦੀਆਂ ਨੇ ਕਿ ਆਪਣੇ ਜ਼ਿਲ੍ਹੇ ਵਾਲੀ ਖੇਤੀਬਾੜੀ ਜਿੰਨੇ ਵੀ ਅਫਸਰ ਨੇ ਜਿੱਦਾਂ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਮ ਬਲਾਕ ਨੇ ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਜਾਣ ਤੁਸੀਂ ਇੱਥੇ ਸਾਰੇ ਆਪਣੇ ਪਿੰਡਾਂ ਪਿੰਡਾਂ ਜਾ ਕੇ ਜਾਗਰੂਕ ਕੀਤਾ ਬਿਲਕੁਲ ਜੀ ਜਿਸ ਤਰ੍ਹਾਂ ਅੱਜ ਪਿੰਡ ਢਾਂਡਿਆਂ ਤੋਂ ਨੌਜਵਾਨ ਵੀਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਰਕੇ ਉਹਨਾਂ ਨੇ ਦੱਸਿਆ ਆ ਕਿ ਜਿੱਥੇ ਅਸੀਂ ਪੌਦਿਆਂ ਦੀ ਰੱਖਿਆ ਕਰਕੇ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹਾਂ ਅਤੇ ਉਹ ਉਸੇ ਤਰ੍ਹਾਂ ਹੀ ਆਉਣ ਵਾਲਾ ਜਿਹੜਾ ਸੀਜ਼ਨ ਹੈ ਜਿੱਥੇ ਅੱਜ ਮੈਂ ਆਪਣੇ ਵੀਰ ਨੂੰ ਕੈਮਰਾਮੈਨ ਨੂੰ ਕਹੂੰਗਾ ਕਿ ਜਰਾ ਇੱਧਰ ਦੇ ਪਾਸੇ ਝੋਨੇ ਦੀ ਫਸਲ ਵੀ ਜਿਹੜੀ ਆ ਉਹ ਵਿਖਾਈ ਜਾਵੇ ਕਿ ਝੋਨੇ ਦੀ ਫਸਲ ਵੀ ਜਿਹੜੀ ਆ ਉਹ ਪੂਰੇ ਜ਼ੋਰਾਂ ਦੇ ਉੱਤੇ ਆ ਅਤੇ ਆਉਂਦਿਆਂ 15-20 ਦਿਨਾਂ ਬਾਅਦ ਜਾਂ ਮਹੀਨੇ ਤੱਕ ਇਹਦੀ ਕਟਾਈ ਵੀ ਜਿਹੜੀ ਆ ਉਹ ਕੀਤੀ ਜਾਣੀ ਆ ਅਤੇ ਉਸ ਕਟਾਈ ਦੇ ਦੌਰਾਨ ਜਿਹੜੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਆ ਉਹਨਾਂ ਮਸ਼ੀਨਾਂ ਦੇ ਵਿੱਚ MSM ਜਿਹੜੇ ਆ MSM ਜਿਹੜੇ ਆ ਉਹ ਜ਼ਰੂਰੀ ਜਿਹੜੇ ਆ ਉਹ ਪੁਰਜੇ ਜਿਹੜੇ ਲਵਾਏ ਜਾਣੇ ਚਾਹੀਦੇ ਆ ਜਿਹਦੇ ਨਾਲ ਜਿਹੜੀ ਆਮ ਕਿਸਾਨ ਜਿਹੜਾ ਆ ਉਹ ਜਿਹਦੇ ਉੱਤੇ ਬਾਰ ਬਾਰ ਅਸੀਂ ਹਰ ਸਮੇਂ ਦੇ ਉੱਤੇ ਪਰਚਾ ਕਰਨ ਦੀ ਗੱਲ ਕਰਦੇ ਹਾਂ ਕਿ ਇਹ ਧੂੰਆਂ ਫੈਲਾਉਂਦੇ ਆ ਉਹਦੇ ਨਾਲ ਨੁਕਸਾਨ ਹੁੰਦਾ ਆ ਐਕਸੀਡੈਂਟ ਵਗੈਰਾ ਹੁੰਦੇ ਆ ਉਹਨਾਂ ਨੂੰ ਅਸੀਂ ਰੋਕ ਸਕਦੇ ਹਾਂ ਕਿਉਂਕਿ ਜਿਹੜੀ ਉਹ ਪਰਾਲੀ ਆ ਜਾਂ ਕਣਕ ਦਾ ਜਿਹੜਾ ਵੇਸਟੇਜ ਰਹੂਗਾ ਉਹ ਕਣਕ ਦਾ ਸਾਰਾ ਜ਼ਮੀਨ ਦੇ ਵਿੱਚ ਜਿਹੜਾ ਉਹ ਵਾਹਿਆ ਜਾ ਸਕਦਾ ਜਿਹਦੇ ਨਾਲ ਜ਼ਮੀਨ ਜਿਹੜੀ ਆ ਉਪਜਾਊ ਹੋ ਸਕਦੀ ਆ ਅਤੇ ਵਾਤਾਵਰਨ ਵੀ ਜਿਹੜਾ ਉਹ ਅਸੀਂ ਬਚਾ ਸਕਦੇ ਹਾਂ ਸੋ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਇਸ ਸਾਡੀ ਗੱਲ ਨੂੰ ਇਸ ਅਕਾਲ ਖਾਲਸਾ ਨਿਊਜ਼ ਦੇ ਮਾਧਿਅਮ ਦੇ ਰਾਹੀਂ ਸਰਕਾਰ ਤੱਕ ਅਸੀਂ ਪਹੁੰਚਾਵਾਂਗੇ ਇਹਨਾਂ ਦੀ ਗੱਲ ਢਾਂਡੇ ਪਿੰਡ ਦੇ ਲੋਕਾਂ ਦੀ ਅਤੇ ਜਿਹੜੀ ਸਰਕਾਰ ਆ ਅਸੀਂ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਹਦੇ ਉੱਤੇ ਇੱਕ ਵੱਡਾ ਫੈਸਲਾ ਜਿਹੜਾ ਆਉਣ ਵਾਲੇ ਦਿਨਾਂ 'ਚ ਲਊਗੀ ਜਿਹਦੇ ਨਾਲ ਵਾਤਾਵਰਨ ਵੀ ਸਾਫ਼ ਰਹੂਗਾ ਅਤੇ ਕਿਸਾਨ ਵੀ ਜਿਹੜੇ ਉਹ ਬਚਣਗੇ ਅਤੇ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਹ ਸਾਰਾ ਟਾਈਮ ਚੱਲ ਪਿਆ ਚੱਲ ਰਹੀ ਹੈ।
ਨਗਰ ਦੇ ਵਿਚ ਕੋਈ ਸਮੱਸਿਆ ਤੁਹਾਨੂੰ ਲੱਗ ਰਹੀ ਹੈ ਕਿ ਕੋਈ ਮੇਜਰ ਕੋਈ ਸਮੱਸਿਆ ਹੋ ਗਈ? ਮੇਜਰ ਸਮੱਸਿਆ ਇਹ ਹੋਈ ਹੈ ਜਿਹੜੇ ਕਹਿਣ ਡੇ ਮੁੰਡੇ ਵੀ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰ ਸਕਦੇ ਹਾਂ, ਰਿਕੁਐਸਟ ਕਰ ਸਕਦੇ ਹਾਂ ਕਿਹੜੀ ਚੀਜ਼ ਦੀ ਕਿ ਅੱਜ ਝੋਨਾ ਜਿਹੜਾ ਵੱਢਣ ਵਾਸਤੇ ਡੀਸੀ ਸਾਹਿਬ ਹੁਕਮ ਕਰਨ ਕਿ ਕੰਬਾਈਨਾਂ ਜਿਹੜੀਆਂ ਦੂਜੀਆਂ ਉਹਨਾਂ ਨੂੰ ਆਪਣੇ ਪਰਾਲੀ ਕੁਤਰਨ ਵਾਲੀਆਂ ਜੇ ਪਿੱਛੇ ਉਹ ਕੁਤਰਨ ਜਿਹੜੀਆਂ ਦੋਨਾਂ ਅੱਗ ਨਾ ਲਾਉਣ, ਅੱਗ ਦਾ ਪ੍ਰਦੂਸ਼ਣ ਦੇ ਵਿੱਚ ਬਚਾਅ ਹੀ ਹੋ ਸਕਦਾ ਜੇ ਆਪਾਂ ਸਰਕਾਰ ਆਪਣਾ ਉਪਰਾਲਾ ਕਰੇ ਤੇ, ਇਕੱਲੇ ਸਾਡੇ ਕਹਿਣ ਕੁਛ ਨਹੀਂ ਹੋਣਾ ਤੇ ਇਹ ਉਪਰਾਲਾ ਡੀਸੀ ਸਾਹਿਬ ਵੱਲ ਹੁਕਮ ਹੋਵੇ ਕੋਈ ਵੀ ਕੰਬਾਈਨ ਜਿਹੜੀ ਆ ਸਿੱਧੀ ਇੱਦਾਂ ਵਢਾਈ ਨਹੀਂ ਕਰੂਗੀ ਵੀ ਜਿਹੜੀ ਅੱਗ ਲਾਉਣ ਦੀ ਨੌਬਤ ਨਾ ਆਵੇ। ਬਿਲਕੁਲ ਜੀ, ਜਿਸ ਤਰ੍ਹਾਂ ਸਾਡੇ ਕੋਲ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਉਹਨਾਂ ਨੇ ਵੀ ਸਾਨੂੰ ਦੱਸਿਆ ਆ ਕਿ ਡੀ ਸੀ ਸਾਹਿਬ ਨੂੰ ਇੱਕ ਹੁਕਮ ਕਰਨਾ ਚਾਹੀਦਾ ਆ ਕਿ ਮਸ਼ੀਨਾਂ ਦੇ ਵਿੱਚ ਜਿਹੜੀ ਅੱਜ ਝੋਨੇ ਦੀ ਕਟਾਈ ਹੋਣੀ ਆ ਉਹਦੇ 'ਚ MSM ਜਿਹੜੇ ਆ ਉਹ ਲਾਏ ਜਾਣੇ ਚਾਹੀਦੇ ਆ। ਸੋ ਸਾਡੇ ਕੋਲ ਹੋਰ ਵੀ ਸਾਰੇ ਇਕੱਤਰ ਹੋਏ ਨੇ, ਮੈਂ ਆਪਣੇ ਕੈਮਰਾਮੈਨ ਨੂੰ ਨਾਲ ਬੇਨਤੀ ਕਰੂੰਗਾ ਕਿ ਜਿਸ ਨਾਲ ਵਾਹਿਗੁਰੂ ਕੀ ਨਾਂ ਆ ਜੀ ਆਪਣਾ? ਸਾਡਾ ਬਲਵਿੰਦਰ ਸਿੰਘ ਜੀ, ਤੁਸੀਂ ਅੱਛਾ ਜਿਹੜੀ ਅੱਜ ਗੱਲ ਉੱਪਰ ਕੇ ਸਾਹਮਣੇ ਆ ਰਹੀ ਆ MSM ਮਸ਼ੀਨਾਂ ਦੇ ਚਲਾਉਣ ਬਾਰੇ, ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਹੁਤ ਜ਼ਰੂਰੀ ਆ ਪੰਜਾਬ ਸਰਕਾਰ ਨੂੰ ਇਹ ਬਹੁਤ ਜ਼ਰੂਰੀ ਆ ਕਿਉਂਕਿ ਪ੍ਰਦੂਸ਼ਣ ਰਹਿਤ ਹੈ ਅਤੇ ਇਹ ਬਹੁਤ ਜ਼ਰੂਰੀ ਆ, ਜ਼ਰੂਰੀ ਹੋਣਾ ਚਾਹੀਦਾ। ਜੀ ਜੀ ਜੀ। ਅੱਛਾ ਇਹਦੇ ਲਈ ਆਪਾਂ ਨੂੰ ਕੀ ਉਪਰਾਲਾ ਹੋਰ ਕਰਨਾ ਚਾਹੀਦਾ? ਅਸੀਂ DC ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਰਹੇ ਹਾਂ ਆਪਣੇ ਨਗਰ ਵੱਲੋਂ ਜੀ, ਜਿਹਦੇ ਵਿੱਚ ਇਹ ਰਿਕੁਐਸਟ ਕਰ ਰਹੇ ਹਾਂ ਕਿ ਲਾ ਜ਼ਰੂਰੀ ਕਰ ਦਿੱਤਾ ਜਾਵੇ ਮਸ਼ੀਨ ਅਤੇ ਜਿਹੜੇ ਪੌਦੇ ਲੱਗ ਰਹੇ ਆ ਅੱਜ ਹੁਣ ਸਰਕਾਰ ਇੱਕ ਬੜੇ ਵੱਡੇ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੌਦੇ ਲਾ ਰਹੀ ਆ, ਕੀ ਪੌਦੇ ਦੁਬਾਰਾ ਬਚਣਗੇ ਕਿ ਜਾਂ ਫਿਰ ਖਤਮ ਹੋ ਗਏ? ਜਿੰਨਾ ਚਿਰ ਉਹਨਾਂ ਦੀ ਰਖਵਾਲੀ ਨਹੀਂ ਹੁੰਦੀ, ਗੁਜਰਾਂ ਨੂੰ ਰੋਕਿਆ ਨਹੀਂ ਜਾਂਦਾ, ਅੱਗ ਲਾਉਣ ਤੋਂ ਰੋਕਿਆ ਨਹੀਂ ਜਾਂਦਾ, ਉਹ ਨਹੀਂ ਬਚਣਗੇ। ਇਹਦੇ ਲਈ ਕੀ ਕਰਨਾ ਚਾਹੀਦਾ ਸਰਕਾਰ? ਇਹਦੇ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ, ਸੁਚੇਤ ਕਰਨਾ ਚਾਹੀਦਾ, ਕੋਈ ਟੀਮਾਂ ਬਣਾਉਣੀਆਂ ਚਾਹੀਦੀਆਂ ਨੇ ਜੀ, ਜਿਹੜਾ ਪਿੰਡ ਪਿੰਡ ਜਾ ਕੇ ਜਾ ਸਕਦਾ। ਬਿਲਕੁਲ ਜੀ, ਜਿਸ ਤਰ੍ਹਾਂ ਹੁਣ ਵੀਰ ਜੀ ਹੁਣਾਂ ਨੇ ਗੱਲ ਦੱਸੀ ਆ ਕਿ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾਵੇ, ਸੋ ਸਾਡੇ ਕੋਲ ਵੀਰ ਜਿਹੜੇ ਆ ਉਹ ਖੜੇ ਨੇ, ਮੈਂ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰੂੰਗਾ। ਹਾਂਜੀ ਭਾਅ ਜੀ, ਕੀ ਹਾਲ ਚਾਲ ਆ ਜੀ? ਸਰਦਾਰ ਸਿੰਘ ਜੀ, ਕਿਹੜਾ ਨਗਰ ਆਪਣਾ? ਪਿੰਡ ਢਾਂਡੇ ਤੋਂ। ਕੀ ਮੰਗ ਆ ਤੁਹਾਡੀ ਸਰਕਾਰ ਕੋਲੋਂ ਇਹ ਝੋਨੇ ਦੀ ਕਟਾਈ? ਸਾਡੀ ਝੋਨੇ ਮੰਗ ਆ ਜੀ ਕਿ ਕੰਬਾਈਨ ਆ ਜਿਹੜਾ ਪ੍ਰਦੂਸ਼ਣ ਨਾ ਰੋਕਣ, ਸੜਕਾਂ ਦੇ ਉੱਪਰ ਜਿਹੜਾ ਪ੍ਰਦੂਸ਼ਣ ਜੋ ਅੱਗ ਲਾਉਂਦੇ ਆਪਾਂ ਘੁੰਮੇ ਨਾ, ਐਕਸੀਡੈਂਟ ਦਾ ਕਾਰਨ ਹੁੰਦਾ ਵਾ, ਆਪਣਾ ਵਾਤਾਵਰਨ ਵੀ ਖਰਾਬ ਹੁੰਦਾ ਵਾ ਕਿ ਕੰਬਾਈਨਾਂ ਨੂੰ ਹਰ ਇੱਕ ਕੰਬਾਈਨ MS ਲੱਗੇ, ਜਿਹੜਾ ਰੋਡ ਦੇ ਉੱਪਰ ਦਰੱਖਤ ਨੇ ਉਹਨਾਂ ਨੂੰ ਅੱਗ ਨਾ ਲੱਗ ਸਕੇ, ਰੋਡ ਦੇ ਉੱਪਰ ਜਿਹੜਾ ਧੂੰਆਂ ਨਾ ਆਵੇ, ਐਕਸੀਡੈਂਟ ਨਾ ਹੋ ਸਕੇ ਕੋਈ। ਬਿਲਕੁਲ ਜੀ, ਵੇਖੋ ਜਿਸ ਤਰ੍ਹਾਂ ਹੁਣ ਇਹਨਾਂ ਵੀਰਜੀ ਹੋਣਾਂ ਨੇ ਵੀ ਗੱਲ ਕੀਤੀ ਆ, ਨਾਲ ਇਹ ਬੜੀ ਵੱਡੇ ਪੱਧਰ ਦੇ ਉੱਤੇ ਮੰਗ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਉੱਠ ਰਹੀ ਆ। ਸੋ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਅਸੀਂ ਅਪੀਲ ਕਰਾਂਗੇ, ਨਾਲ ਖੇਤੀਬਾੜੀ ਮੰਤਰੀ ਨੂੰ ਅਪੀਲ ਕਰਾਂਗੇ ਕਿ ਇਹ ਜਿਹੜੀ ਕਿਸਾਨਾਂ ਦੀ ਮੰਗ ਆ ਕਿ ਇਸ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜਾ ਹੁਣ ਸੀਜ਼ਨ ਸ਼ੁਰੂ ਹੋਣਾ ਆ, ਜਿਹਦੇ ਵਿੱਚ ਕਟਾਈ ਕੀਤੀ ਜਾਣੀ ਆ ਝੋਨੇ ਦੀ, ਉਹਦੇ ਵਿੱਚ ਮਸ਼ੀਨਾਂ ਦੇ ਅੰਦਰ ਜਿਹੜਾ MSM ਜਿਹੜਾ ਪਾਰਟ ਹੈ ਇੱਕ ਲਾਇਆ ਜਾਵੇ ਜਿਹਦੇ ਨਾਲ ਪੋਲਿਊਸ਼ਨ ਨੂੰ ਰੋਕਿਆ ਜਾ ਸਕਦਾ। ਸੋ ਅੱਗੇ ਅਸੀਂ ਨਗਰ ਦੀਆਂ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਆਪਾਂ ਸਮੇਂ ਦੇ ਸਮੇਂ ਅਨੁਸਾਰ ਨਗਰਾਂ ਦੀਆਂ ਦਿਖਾਈ ਜਾਵਾਂਗੇ। ਹੋਰ ਵੀ ਅੱਗੇ ਅਸੀਂ ਗੁਰਦੁਆਰਾ ਸਾਹਿਬ ਵੀ ਪਹੁੰਚਣਾ ਆ, ਸਕੂਲ ਵੀ ਜਾ ਕੇ ਵੇਖਣਾ ਆ, ਸੋ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਸੰਬੰਧੀ ਅਸੀਂ ਆਪ ਜੀ ਨਾਲ ਜਿਹੜਾ ਆ ਉਹ ਮੈਂ ਆਪਣੇ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਉੱਥੇ ਵਾਸਤੇ ਵੀ ਆਪਾਂ ਅੱਗੇ ਚੱਲੀਏ ਅਤੇ ਅੱਗੇ ਜਾ ਕੇ ਬਾਕੀ ਦਾ ਜਿਹੜਾ ਮਾਹੌਲ ਆ ਉਹ ਵਿਖਾਇਆ ਜਾਵੇ। ਹਾਂਜੀ, ਅੱਜ ਸਾਡੇ ਨਾਲ ਛੋਟੇ ਬੱਚੇ ਵੀ ਇਸ ਪਿੰਡ ਦੇ ਜਿਹੜੇ ਨੇ ਉਹ ਸਾਡੇ ਨਾਲ ਪਹੁੰਚੇ ਨੇ,
ਅਸੀਂ ਅੱਜ ਬੱਚਿਆਂ ਦੇ ਨਾਲ ਵੀ ਗੱਲ ਕਰਾਂਗੇ। ਹਾਂ ਬੇਟਾ, ਕੀ ਨਾਂ ਤੁਹਾਡਾ ਜੀ? ਜਪਦੀਪ ਸਿੰਘ। ਕੀ ਬੋਲੋ, ਕੀ ਨਾਂ ਹੈ? ਜਪਦੀਪ ਸਿੰਘ। ਅੱਛਾ, ਤੁਹਾਡਾ ਬੇਟਾ? ਰਾਜਵੀਰ ਸਿੰਘ। ਰਾਜਵੀਰ ਸਿੰਘ, ਤੁਹਾਡਾ ਬੇਟਾ ਕੀ ਨਾਂ ਹੈ? ਹਰਸਿਮਰਤ ਸਿੰਘ। ਕਿਹੜੀ ਕਲਾਸ 'ਚ ਪੜ੍ਹਦੇ ਹੋ ਹਰਸਿਮਰਤ ਜੀ? 6th ਦੇ ਵਿੱਚ। ਕਿਹੜੀ ਕੀ ਨਾਂ ਸਕੂਲ ਦਾ? ਮੂਸੇਵਾਲ ਦੇ ਫੈਨ ਹੋ। ਪਿੰਡ ਦੇ ਵਿੱਚ ਜਿਹੜਾ ਅੱਜ ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਹਾਂ, ਪਿੰਡ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਹਾਡੇ ਬੱਚਿਆਂ ਦੀਆਂ ਖੇਡ ਵਾਸਤੇ ਜਿਹੜਾ ਆ, ਬੱਚਿਆਂ ਦੀ ਸਿਹਤ ਵਾਸਤੇ ਜਿਹੜਾ ਆ, ਬੱਚਿਆਂ ਦੀ ਸਿਹਤ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ ਕਿਹੜੀ ਚੀਜ਼ ਹੋਣੀ ਚਾਹੀਦੀ ਤੁਹਾਡੀ? ਛੱਪੜ ਬਣਾਉਣਾ ਚਾਹੀਦਾ। ਛੱਪੜ ਬਣਾਉਣਾ ਚਾਹੀਦਾ, ਇਹਦੇ ਨਾਲ ਬੱਚੇ ਜਿਹੜੇ ਰਿਸ਼ਟ ਪੁਸ਼ਟ ਰਹਿਣਗੇ। ਰਿਸ਼ਟ ਪੁਸ਼ਟ ਕਿਸ ਤਰ੍ਹਾਂ ਰਹਿਣਗੇ? ਵਿੱਚ ਝੂਲੇ ਲੱਗਣੇ ਚਾਹੀਦੇ। ਛੱਪੜ ਦੇ ਵਿੱਚ ਝੂਲੇ ਲੱਗ ਸਕਦੇ ਆ। ਪਾਰਕ ਬਣਾ ਚਾਹੀਦਾ। ਆ ਗਰਾਊਂਡ ਤੁਹਾਡੇ ਪਿੰਡ ਦੇ ਬਾਹਰ ਹੈਗੀ ਆ, ਜਿਹੜਾ ਜਿਹੜਾ ਪਾਰਕ ਹੈਗਾ, ਪਾਰਕ ਦੇ ਵਿੱਚ ਖੇਡ ਜਾਂਦੇ ਹੋ? ਕਿੰਨੇ ਵਜੇ ਜਾਂਦੇ ਹੋ? ਜਿਸ ਤਰ੍ਹਾਂ ਇਹਨਾਂ ਨੇ ਇਹ ਦੱਸਿਆ ਆ ਕਿ ਭਾਈ ਉਹਦੇ ਵਿੱਚ ਘਾਹ ਬੜਾ ਆ, ਉਹ ਵਧਾਇਆ ਜਾਣਾ ਚਾਹੀਦਾ। ਕੌਣ ਵਧਾਊਗਾ, ਪਿੰਡ ਦੀ ਪੰਚਾਇਤ ਵਧਾਊਗੀ ਜਾਂ ਲੋਕਾਂ ਨੂੰ ਵਧਾਉਣਾ ਚਾਹੀਦਾ? ਬਿਲਕੁਲ ਜੀ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪਿੰਡ ਦੀ ਗਰਾਊਂਡ ਦੇ ਵਿੱਚ ਜਿਹੜਾ ਬੜਾ ਵੱਡਾ ਘਾਹ ਆ, ਅਤੇ ਪਿੰਡ ਦੀ ਪੰਚਾਇਤ ਨੂੰ ਜਿਹੜਾ ਉਹ ਘਾਹ ਵਧਾਉਣਾ ਚਾਹੀਦਾ, ਵਧਾ ਕੇ, ਕਿਉਂਕਿ ਉਹ ਖੇਡਣ ਯੋਗ ਬੱਚਿਆਂ ਦੇ ਵਾਸਤੇ ਬਣ ਜਾਵੇ। ਹਾਂਜੀ, ਛੋਟੇ ਵੀਰੇ ਤੁਸੀਂ ਵੀ ਦੱਸੋ ਕਿ ਤੁਸੀਂ ਜਦੋਂ ਸਕੂਲ ਜਾਂਦੇ ਹੋ ਸਕੂਲ ਕਿੱਥੇ ਜਾਂਦੇ ਹੋ? ਸਕੂਲ ਅਸੀਂ ਬੱਸ 'ਤੇ ਜਾਂਦੇ ਹਾਂ। ਨਹੀਂ, ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈਗਾ? ਤੁਸੀਂ ਪੜ੍ਹਾਈ ਸੌਖੀ ਕਰਨਾ ਚਾਹੁੰਦੇ ਤੇ ਜਿਹੜੇ ਸਕੂਲ ਦੇ ਵਿੱਚ ਤੁਸੀਂ ਜਾਂਦੇ ਹੋ ਉੱਥੇ ਪੜ੍ਹਾਈ ਸੌਖੀ ਹੈ? ਕੀ ਨਾਂ ਹੈ ਤੁਹਾਡੇ ਸਕੂਲ ਦਾ? ਜਵਾਇਨ ਪਬਲਿਕ ਸਕੂਲ ਮਾਲੇਵਾਲ। ਬੱਚਾ ਉੱਥੇ ਪੜ੍ਹਦਾ, ਬੱਚੇ ਦਾ ਇਹ ਮੰਨਣਾ ਆ ਕਿ ਸਰਕਾਰ ਦੀ ਪੜ੍ਹਾਈ ਜਿਹੜੀ ਆ ਉਹ ਜ਼ਿਆਦਾ ਔਖੀ ਆ, ਅਤੇ ਡਿਵਾਈਨ ਪਬਲਿਕ ਸਕੂਲ ਦੀ ਜਿਹੜੀ ਪੜ੍ਹਾਈ ਬਹੁਤ ਸੌਖੀ ਆ, ਅਤੇ ਸੌਖੀ ਪੜ੍ਹਾਈ ਵਾਲੇ ਪਾਸੇ ਨੂੰ ਬੱਚੇ ਜਿਹੜੇ ਜਾਂਦੇ ਆ। ਹਾਂ ਬੱਚੇ, ਤੁਸੀਂ ਕਿਹੜੀ ਕਲਾਸ 'ਚੋਂ? ਤੁਸੀਂ ਕੀ ਚਾਹੁੰਦੇ ਹੋ ਪਿੰਡ ਦੇ ਵਿੱਚ ਕਿਹੜਾ ਕੰਮ ਕਰਾਇਆ ਜਾਵੇ ਜਿਹਦੇ ਨਾਲ ਤੁਹਾਨੂੰ ਖੇਡਣ ਮੱਲਣ ਵਾਸਤੇ ਸਾਰੀਆਂ ਚੀਜ਼ਾਂ ਜਿਹੜੀਆਂ ਮਿਲ ਸਕਣ? ਗਰਾਊਂਡ ਦੇ ਵਿੱਚੋਂ ਘਾਹ ਵਧਾਇਆ ਜਾਣਾ ਚਾਹੀਦਾ। ਹੋਰ ਇੱਥੇ ਸਾਰਾ ਝੂਲੇ ਵਗੈਰਾ ਹੈਗੇ ਗਰਾਊਂਡ ਦੇ ਵਿੱਚ ਲੱਗੇ, ਅਤੇ ਤੁਸੀਂ ਐਕਸਰਸਾਈਜ਼ ਕਰਦੇ ਹੋ ਉੱਥੇ? ਕਿੰਨੇ ਵਜੇ ਜਾਂਦੇ ਹੋ? ਸਵੇਰੇ ਸਵੇਰੇ ਜਾਂ ਰਾਤ ਨੂੰ ਜਾਂਦੇ ਹੋ? ਬੱਚੇ, ਹੋਰ ਕੋਈ ਤੁਹਾਡੀ ਕੋਈ ਸਮੱਸਿਆ ਬੱਚਿਆਂ ਦੀ ਹੋਵੇ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਤੱਕ ਗੱਲ ਪਹੁੰਚੇ, ਹੈਗੀ ਕੋਈ? ਹਾਂਜੀ, ਘਾਹ ਦੀ ਤਾਂ ਗੱਲ ਹੋ ਗਈ, ਇਸ ਤੋਂ ਬਿਨਾਂ ਕੋਈ ਸਰਕਾਰ? ਹਾਂਜੀ, ਸਰਕਾਰ ਨੂੰ ਜਿਹੜੀ ਬੱਚਿਆਂ ਇਹ ਪਲੇ ਖੇਡਾਂ ਵਾਸਤੇ ਜਿਹੜਾ ਆ ਬੱਚਿਆਂ ਨੂੰ ਚਾਹੀਦਾ ਆ ਕਿ ਬੱਚੇ ਚਾਹੁੰਦੇ ਆ ਕਿ ਸਾਨੂੰ ਜਿਹੜੀਆਂ ਸਰਕਾਰ ਵੱਲੋਂ ਖੇਡਣ ਵਾਸਤੇ ਉਹਨਾਂ ਦੇ ਇੰਸਟਰੂਮੈਂਟ ਜਿਸ ਤਰ੍ਹਾਂ ਵਾਲੀਬਾਲ ਹੋ ਗਿਆ, ਫੁੱਟਬਾਲ ਹੋ ਗਿਆ, ਜਾਂ ਇਹਨਾਂ ਦੀਆਂ ਕਿੱਟਾਂ ਜਿਹੜੀਆਂ ਆ ਇਹ ਮਾਈਆਂ ਜਿਹੜੀਆਂ ਉਹ ਕਰਾਈਆਂ ਜਾਣੀਆਂ ਚਾਹੀਦੀਆਂ ਆ। ਅਤੇ ਇਸ ਗੱਲ ਨੂੰ ਲੈ ਕੇ ਮੈਂ ਇੱਥੋਂ ਜ਼ਰੂਰ ਆਪਣੇ ਮਾਧਿਅਮ ਦੇ ਰਾਹੀਂ ਪਿੰਡ ਦੀ ਪੰਚਾਇਤ ਨੂੰ ਇਹ ਗੱਲ ਕਹੂੰਗਾ ਕਿ ਭਾਈ ਤੁਹਾਨੂੰ ਬਿਲਕੁਲ ਇਸ ਗੱਲ ਨੂੰ ਲੈ ਕੇ ਆਪਣੇ ਮਤੇ ਦੇ ਵਿੱਚ ਲੈ ਕੇ ਆਉਣਾ ਚਾਹੀਦਾ। ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਇਸ ਸਾਡੀ ਗੱਲ ਨੂੰ ਇਸ ਅਕਾਲ ਖਾਲਸਾ ਨਿਊਜ਼ ਦੇ ਮਾਧਿਅਮ ਦੇ ਰਾਹੀਂ ਸਰਕਾਰ ਤੱਕ ਅਸੀਂ ਪਹੁੰਚਾਵਾਂਗੇ ਇਹਨਾਂ ਦੀ ਗੱਲ, ਢਾਂਡੇ ਪਿੰਡ ਦੇ ਲੋਕਾਂ ਦੀ। ਅਤੇ ਜਿਹੜੀ ਸਰਕਾਰ ਆ, ਅਸੀਂ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਹਦੇ ਉੱਤੇ ਇੱਕ ਵੱਡਾ ਫੈਸਲਾ ਜਿਹੜਾ ਆਉਣ ਵਾਲੇ ਦਿਨਾਂ 'ਚ ਲਊਗੀ, ਜਿਹਦੇ ਨਾਲ ਵਾਤਾਵਰਨ ਵੀ ਸਾਫ਼ ਰਹੇਗਾ ਅਤੇ ਕਿਸਾਨ ਵੀ ਜਿਹੜੇ ਉਹ ਬਚਣਗੇ, ਅਤੇ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਸ ਗੱਲ ਤੋਂ ਵੀ ਉਹ ਬਚ ਸਕਦੇ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ, ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।